ਝੁਕਿਆ ਹੈ, ਝੁਕਿਆ ਮੋਰ ਬਣਿਆ ਹੋਇਆ ਹੈ, ਝੁਕਿਆ ਇਸ ਕਰਕੇ ਨਹੀਂ ਕਿ ਡਰਿਆ ਹੈ, ਝੁਕਿਆ ਤਾਂ ਇਸ ਕਰਕੇ ਕੋਈ ਲੱਤੀ ਨਾ ਪੈ ਜੇ, ਕੋਈ ਪੱਟੀ ਨਾ ਪੈ ਜੇ। ਲਾਓ ਵਾਓ ਨੌਜਵਾਨਾਂ ਇੱਥੇ ਰੱਖ ਗੱਭਰੂ ਦੀ ਕਬੱਡੀ ਤੱਕਦੇ ਹੈ, ਕਦੀ ਸ਼ਾਲੂ ਲਾਓ ਇੱਕ ਨੰਬਰ ਤੋਂ ਗੱਭਰੂ ਨੇ ਕੀਤੀ ਟਰਾਈ ਟਰਾਈ सामने कबड्डी दे ग्राउंड च इधरले पासे राणा राणा लाहौरी मल्लिया मेरे वीरियो एन वंज बरोबर कटन वाली करदा गल हे राणिया राणिया ਬਿੱਟੂ ਮੇਰਾ ਵੀਰ ਜਿੱਥੇ ਵੀ ਮੇਰੀ ਆਵਾਜ਼ ਨੂੰ ਸੁਣਦਾ ਉਹ ਸਾਡੀ ਪ੍ਰਬੰਧਕੀ ਕਮੇਟੀ ਨਾਲ ਸੰਪਰਕ ਕਰੇ। ਬਿੱਟੂ ਮੇਰਾ ਵੀਰ ਜਿੱਥੇ ਮੇਰੀ ਆਵਾਜ਼ ਨੂੰ ਸੁਣਦਾ ਪ੍ਰਬੰਧਕੀ ਕਮੇਟੀ ਨਾਲ ਸੰਪਰਕ ਕਰ ਲੈ। ਆਓ ਸਾਹਮਣੇ ਕਬੱਡੀ ਦੇ ਗਰਾਊਂਡ 'ਚ ਹਰਿੰਦਰ ਨਾਮ ਹੈ ਤੇ ਸੋਲ ਪਿੰਡ ਹੈ ਨੌਜਵਾਨ ਦਾ, ਇੱਕ ਨਹੀਂ ਤੇ ਰਾਣਾ ਮੇਰਾ ਭਰਾ ਵਾ ਲਾਹੌਰੀ ਮੱਲ ਵਾਲਾ, ਤੇ ਨਾਲ ਕਹਿੰਦੇ ਇਧਰਲੇ ਪਾਸੇ ਆਓ ਰਾਣੇ ਲਾਹੌਰੀ ਮੱਲ ਵਾਲੇ ਦੇ ਨਾਲ ਟੱਕਰ ਹੋਏ। ਸਿੰਘ ਦੀ ਘੋੜੀ ਵਾਂਗੂ ਨੌਜਵਾਨ ਭੱਜ ਗਿਆ ਖੇਡ ਮੈਦਾਨ ਦੇ ਵਿੱਚ। ਆਓ ਸਰਦਾਰ ਅਕਸ਼ਰ ਸਿੰਘ ਦਾ ਪੁੱਤਰਾ ਤੱਕਦੇ ਕਬੱਡੀ ਦੇ ਖੇਡ ਮੈਦਾਨ ਅੰਦਰ, ਕਹਿੰਦੇ ਸਰਵਣ ਸਿੰਘ ਦੇ ਘਰ ਦਾ ਵਾਰਸ ਹੈ, ਸੋਲ ਪਰਿਵਾਰ ਦਾ ਲਖਤੇ ਜਿਗਰ, ਕਹਿੰਦੇ ਦੁੱਲਾ ਬੱਚੀ ਵਿੰਡੀਆ ਕਬੱਡੀ ਪਾ ਰਿਹਾ। ਬੇਨਤੀ ਹੈ ਬਿੱਟੂ ਮੇਰਾ ਵੀਰ ਜਿੱਥੇ ਆਵਾਜ਼ ਨੂੰ ਸੁਣਦਾ ਕਿ ਬਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ ਕਿਸੇ ਨੇ ਮੇਰੀ ਗੱਲ ਨਾ ਸੁਣੀ, ਜਿੱਥੇ ਵੀ ਮੇਰੀ ਆਵਾਜ਼ ਨੂੰ ਸੁਣਦਾ ਮੇਰਾ ਵੀਰ ਬਿੱਟੂ ਉਹ ਆ ਕੇ ਪ੍ਰਬੰਧਕੀ ਕਮੇਟੀ ਨਾਲ ਸੰਪਰਕ ਕਰੇ। ਪੁਆਇੰਟ ਕਹਿੰਦੇ ਸੋਲ ਪਰਿਵਾਰ ਦਾ ਲਖਤੇ ਜਿਗਰ ਦੁੱਲਾ ਬੱਚੀ ਵਿੰਡੀਆ ਆਪਣੀ ਟੀਮ ਦੇ ਹਿੱਸੇ ਜੁੜ ਗਿਆ। ਆਓ ਸਾਹਮਣੇ ਸਾਬਾ ਕਹਿੰਦੇ ਖੇਡ ਮੈਦਾਨ ਦੇ ਵਿੱਚ ਟੇਕ ਧਰਤੀ ਮਾਤਾ ਨੂੰ ਮੱਥਾ, ਮੈਂ ਆ ਪੁੱਤ ਪੰਜਾਬੀ ਮਾਂ ਦਾ, ਸਿੱਕਾ ਚੱਲਦਾ ਮੇਰੇ ਨਾਂ ਦਾ, ਹੋਰ ਤਰੀਫਾਂ ਨੇ ਬੜੀਆਂ, ਮਾੜੇ ਕੰਮ ਕਦੇ ਨਾ ਕੀਤੇ ਤਾਈਓ ਗੁੱਡੀਆਂ ਨੇ ਚੜੀਆਂ, ਮਾੜੇ ਕੰਮ ਕਦੇ ਨਾ ਕੀਤੇ ਤਾਈਓ ਗੁੱਡੀਆਂ ਨੇ ਚੜੀਆਂ। ਰਾਣਾ ਲਾਹੌਰੀ ਮੱਲ ਵਾਲਾ ਬਾਪੂ ਨਿਊਜ਼ੀਲੈਂਡ ਤੇ ਗੁਰਜੀਤ ਮੇਰਾ ਕਵੈਤ ਲਾਈਵ ਕਬੱਡੀ ਦਾ ਆਨੰਦ ਮਾਣਦਾ ਆ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸ਼ੇਰ ਦੀ ਫਰਮਾਇਸ਼ ਆਈ ਹੈ, ਚੱਲੋ ਗੱਭਰੂਆ ਪਾ ਕਬੱਡੀ ਚੰਦ ਸੈਕਟ ਦੇ ਵਿੱਚ ਮੈਂ ਸ਼ੇਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਸੁਣਾਉਣ ਜਾ ਰਿਹਾ ਕਿ ਜੂਨ 84 ਅੰਮ੍ਰਿਤਸਰ ਪਿਆ ਮਸਲਾ ਬੜਾ ਗੰਭੀਰ, ਜੂਨ 84 ਅੰਮ੍ਰਿਤਸਰ ਪਿਆ ਮਸਲਾ ਬੜਾ ਗੰਭੀਰ, ਉੱਥੇ ਚੜ੍ਹ ਕੇ ਆ ਗਈ ਦਿੱਲੀਓ ਲੰਡੂ ਇੰਦਰਾ ਦੀ ਕਤੀੜ, ਅੱਗੇ ਦਮਦਮੀ ਟਕਸਾਲ ਦਾ ਇੱਕ ਮੁਖੀ ਬੜਾ ਬਲਬੀਰ, ਉਹਦੇ ਸਿਰ ਤੇ ਪਰਨਾ ਕੇਸਰੀ ਉਹਦਾ ਕਹਿਰਾ ਜਿਹਾ ਸਰੀਰ, ਉਹ ਗਾਤਰੇ ਪਿਸਟਲ ਰੱਖਦਾ ਤੇ ਹੱਥ ਵਿੱਚ ਰੱਖੇ ਤੀਰ, ਉਹਨੇ ਪੁੱਠੇ ਕਰ ਕਰ ਸੁੱਟ ਲਏ ਜਿਹੜੇ ਆਏ ਸੀ ਘਾਤਵ ਹੀਰ, ਉਹ ਸੁਣ ਲਲਕਾਰਾ ਸ਼ੇਰ ਦਾ ਵੱਡੀ ਬੈਲਨ ਹੋ ਗਈ ਲੀਰੋ ਲੀਰ, ਤੈਨੂੰ ਪਹਿਣ ਲਾਣ ਤਾਂ ਰਾਣੀਏ ਸੰਤਾਂ ਦੀ ਵਿਕਦੀ ਆ ਤਸਵੀਰ, ਤੈਨੂੰ ਪਹਿਣ ਲਾਣ ਤਾਂ ਰਾਣੀਏ ਭਿੰਡਰਾਂ ਵਾਲਿਆਂ ਦੀ ਵਿਕਦੀ ਆ ਤਸਵੀਰ। ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਨਾਂ ਤੇ ਜਕਾਰਾ ਜ਼ੋਰ ਤੇ ਨਹੀਂ ਲਾ ਦਿਓ ਮੇਰੇ ਵੀਰਿਓ, ਬੋਲੇ ਸੋ ਨਿਹਾਲ ਸ੍ਰੀ ਅਕਾਲ। ਉਧਰ ਮੇਰਾ ਵੀਰ ਸੰਦੀਪ ਸਫੇਨ ਆਨੰਦ ਮਾਣਦਾ ਤੇ ਵੱਡੇ ਜਿਹੜੇ ਮਾਣ ਹੈ 500 ਰੁਪਈਏ ਦੇ ਸੁੱਗਾ ਵਰਦ ਰਾਸਤੇ ਭੇਜੇ ਹੈ ਸੰਦੀਪ ਸਪੇਨ ਮੇਰਾ ਵੀਰ। ਹਾਂਜੀ ਵੱਡਾ ਧੰਨਵਾਦ ਹੈ ਸੰਦੀਪ ਸਪੇਨ ਮੇਰਾ ਵੀਰ, ਬਹੁਤ ਵੱਡਾ ਪਿਆਰ ਸੁੱਗਾ ਭਰਾਵਾਂ ਦੇ ਲਈ ਪੁੱਜਦਾ ਕੀਤਾ। ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਾ ਦੇ ਨਾਂ 'ਤੇ ਇੱਕ ਹੋਰ ਜਿਹੜੇ ਚਾਰ ਕੁ ਟੱਪੇ ਕਹਿਣੇ ਆ, ਕਹਿੰਦੇ ਜਿਵੇਂ ਚੜ੍ਹ ਕੇ ਬੱਦਲ ਦੀ ਕਾਸ਼ ਵਿੱਚ ਗੜਕ ਪੈਂਦੀ ਤੇ ਗੱਲਾਂ ਹੁੰਦੀਆਂ ਵੇ ਜਿੱਤੇ ਰਣਦੀਆਂ ਨੇ, ਜਿਵੇਂ ਇੱਟਾਂ ਨੂੰ ਇਕੱਠਾ ਕਰਕੇ ਸੋਹਣਾ ਮਹਿਲ ਬਣ ਜੇ ਤੇ ਕੌਮਾਂ ਨਾਲ ਕੁਰਬਾਨੀ ਦੇ ਬਣਦੀਆਂ ਨੇ, ਇਤਿਹਾਸ ਉਹਨਾਂ ਕੌਮਾਂ ਦੇ ਸਦਾ ਕਾਇਮ ਰਹਿੰਦੇ ਜਿਹੜੀਆਂ ਦੇਸ਼ ਦੀ ਹਿੱਕਾਂ ਤਣਦੀਆਂ ਨੇ। ਉਹ ਸਿਕਚੈਨ ਬਰਾੜਾ ਆ ਜੇਬ ਕਦਰੇ ਤੇ ਮੋਟਰਸਾਈਕਲ ਚੁੱਕਣ ਵਾਲੇ ਤਾਂ ਨੇਤੀ ਜੰਮੀ ਜਾਂਦੇ, ਪਰ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਵਰਗਾ ਪੁੱਤ ਵਿਰਲੀਆਂ ਮਾਵਾਂ ਜੰਮਦੀਆਂ ਨੇ, ਪੁੱਤ ਛੀਣੀਆਂ ਮਾਵਾਂ ਹੀ ਜੰਮਦੀਆਂ। ਪਿਛਲੀ ਵਾਰ ਜਦੋਂ ਪਹਿਲੀ ਵਾਰ ਸ਼ੇਰ ਆ ਸੀ ਮਾਣੋਚਾਲ ਦੀ ਧਰਤੀ 'ਤੇ ਬੋਲਿਆ ਨਾ, ਜਦੋਂ ਬਾਹਰ ਆ ਕੇ ਦੇਖਿਆ ਤਾਂ ਮੋਟਰਸਾਈਕਲ ਸਾਡਾ ਹੀ ਹੈ ਨਹੀਂ, ਕਹਿੰਦੇ ਤੁਹਾਨੂੰ ਸ਼ੇਰ ਬੋਲਣ ਦਾ ਦਿੰਦੇ ਇਹ ਮਸਾਲਾ, ਕਿਉਂਕਿ ਕੋਈ ਗੱਲ ਨਹੀਂ ਸਾਨੂੰ ਤਾਂ ਪਰਮਾਤਮਾ ਨੇ ਫੇਰ ਦਿੱਤਾ, ਪਰਮਾਤਮਾ ਦੀ ਕਿਰਪਾ ਰਹੀ। ਲਾਓ ਬਿੱਲਾ ਕਬੱਡੀ ਪਾ ਕੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਆਇਆ, ਚੱਲੋ ਗੱਭਰੂਆ ਪਾ ਕਬੱਡੀ ਤੇ ਬੈਕ ਤੇ ਰਣਜੀਤ। ਆਓ ਸਾਹਮਣੇ ਭੁੱਲਰ ਕਹਿੰਦੇ ਖੇਡ ਮੈਦਾਨ ਦੇ ਵਿੱਚ ਐਨ ਨੌਜਵਾਨ ਨੇ ਪੱਟਾਂ ਤੋਂ ਪੱਟੀ ਨੂੰ ਉੱਪਰ ਚੱਕਿਆ, ਦਰਸ਼ਨੀ ਪੱਟਾਂ ਦੇ ਦਰਸ਼ਨ ਕਰਵਾਏ ਹੈ। ਭੁੱਲਰ ਕਹਿੰਦੇ ਖੇਡ ਮੈਦਾਨ ਦੇ ਵਿੱਚ ਐਨ ਕੌਡੀ ਪਾਉਣ ਦੇ ਲਈ ਮਰੇ ਵੀ ਮਨੋਂ ਮਸ਼ਾਨਾ ਵਾਲਿਆ ਲਾ ਕੇ ਜਫਾ ਲਿਆ ਦੇ ਸਵਾਦ ਦੇ, ਜਾਂ ਕਹਿ ਦੇ ਸ਼ਾਲੋ ਨੂੰ, ਜਾਂ ਕਹਿ ਦੇ ਇਧਰਲੇ ਪਾਸੇ ਚੈਨੇ ਗੁੱਜਰਾਂ ਵਾਲੇ ਨੂੰ ਵੀ ਜਫਾ ਲਾ ਕੇ ਨੌਜਵਾਨ ਬੱਲੇ ਬੱਲੇ ਕਰਵਾਉਣੀ ਹੈ।
और चार जाफियां विच सुरताल दे विच घूमदी चैन है। कौन करदा टिकन की गल, कौन पल्ले पल्ले करवाउंदा। आओ सामने इधरले पासे शालू नाल टक्कर हो गई है कि पुत बगाने भैड़े होंदे छड़न कड़ा के चीकां। ਚਾਲੋ ਬੱਚੀ ਵਿੰਡੀਆਂ ਪਾਕ ਵੱਡੀ, ਆਓ ਸਾਹਮਣੇ ਆ ਗਿਆ ਦੁੱਲਾ ਬੱਚੀ ਵਿੰਡ ਦੀ ਧਰਤੀ ਦਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕੌਡੀ ਪਾਉਣ ਦੇ ਲਈ। ਆਓ ਨੌਜਵਾਨਾਂ ਦੁੱਲਿਆ ਪਾਕ ਵੱਡੀ, ਧੁੰਮਾਂ ਪੈ ਗਈਆਂ ਲਾਹੌਰ ਵਿੱਚ ਸਾਰੇ। ਲੱਦੀ ਨੇ ਜਦੋਂ ਦੁੱਲਾ ਜੰਮਿਆ, ਮੇਰੇ ਮੌਲਾ ਤੇਰੇ ਰੰਗ ਨੇ ਨਿਆਰੇ। ਲੱਦੀ ਨੇ ਜਦੋਂ ਦੁੱਲਾ ਜੰਮਿਆ, ਆਓ ਸਾਹਮਣੇ ਬਗਲ ਚੜੀ ਹੋਈ ਹੈ, ਬਗਲ ਚੜੀ ਹੋਈ ਚੈਨਾ ਗੁੱਜਰਪੁਰੀਆ ਖੇਡ ਮੈਦਾਨ ਦੇ ਵਿੱਚ ਡੱਕ ਲੈਣ ਦੀ ਕਰਦਾ ਗੱਲ। ਹੇ ਓ ਵਾਹ, ਉਹ ਤਾੜੀ ਵੱਡੀ ਸਾਰੀ ਮਾਰ ਦਿਓ ਮੇਰੇ ਵੀਰੋ ਕਬੱਡੀ ਦੇ ਗਰਾਊਂਡ ਵਿੱਚ। ਇਹਨੂੰ ਕਹਿੰਦੇ ਮੈਨੂੰ ਸੁੱਖ ਨਹੀਂ ਜਾਪਦੀ, ਚੜ ਕੇ ਟਰੱਕ ਵਿੱਚ ਆਈ ਨਹੀਂ, ਮੈਨੂੰ ਸੁੱਖ ਨਹੀਂ ਜਾਪਦੀ, ਚੜ ਕੇ ਟਰੱਕ ਵਿੱਚ ਆਈ ਨਹੀਂ। ਲਓ ਸਾਬੀ ਆ ਗਿਆ ਖੇਡ ਮੈਦਾਨ ਦੇ ਵਿੱਚ, ਸਾਬੀ ਕਹਿੰਦੇ ਰੇਡ ਪਾਉਣ ਦੇ ਲਈ ਵਾਧਾ ਹੈ। ਇੱਕ ਨਹੀਂ ਤੇ ਹੈਪੀ ਮੇਰਾ ਵੀਰ ਹੈ ਨਾਲ, ਕਹਿੰਦੇ ਸੇਵਕ। ਆਓ ਸਾਹਮਣੇ ਕਬੱਡੀ ਦੇ ਗਰਾਊਂਡ 'ਚ ਟੱਕਰ ਕਹਿੰਦੇ ਬਬਲੂ ਨਾਲ ਹੋਈ ਹੈ, ਪਰ ਪੁਆਇੰਟ ਧਾਵੀ ਦੇ ਹੱਥ ਵਿੱਚ ਜੁੜ ਚੁੱਕਿਆ ਮੇਰੇ ਵੀਰਿਓ। ਆਓ ਬਿੱਕੇ ਭਲੇ ਪਿੰਡ ਵਾਲਿਆ ਪਾਕ ਵੱਡੀ ਨੌਜਵਾਨ, ਬਿੱਕਾ ਆ ਗਿਆ ਨੌਜਵਾਨ ਭਲੇ ਪਿੰਡ ਵਾਲਾ, ਟੇਕਿਆ ਧਰਤੀ ਮਾਤਾ ਨੂੰ ਮੱਥਾ। ਆਓ ਸਾਹਮਣੇ ਬਿੱਕਾ ਭਲੇ ਪਿੰਡ ਵਾਲਾ ਕਿ ਸਭ ਤੋਂ ਸੋਹਣਾ ਜੱਫਾ ਫਰੰਦੀਪੁਰ ਦੇ ਗੋਪੀ ਦਾ, ਸੁਖਮਣ ਚੋਲੇ ਵਾਲਾ ਨਹੀਂ ਜੇ ਕਿਸੇ ਤੋਂ ਰੋਕੀ ਦਾ, ਹਰ ਚੰਦ ਲਾਖਣੇ ਵਾਲਾ ਵੀ ਖਾਲੀ ਹੱਥ ਮੁੜਦਾ ਨਹੀਂ, ਪਿਆ ਗਲਾਵਾਂ ਸਮੇਂ ਤੇ ਸਜਦੋ ਦਾ ਛੁੱਟਦਾ ਨਹੀਂ। ਉਹ ਕੋ ਬਿਰਲਾ ਸੂਰਮਾ ਡੱਕੇ ਕਲਸੀਆਂ ਵਾਲੇ ਸ਼ਿੰਦਰ ਨੂੰ ਰੱਬ ਨੇ ਬਾਜ ਵਰਗੀ ਝਵਟ ਬਖਸ਼ੀ ਹੈ, ਭੂਰਿਆਂ ਵਾਲੇ ਗਿੰਦਰ ਨੂੰ। ਉਹ ਸੰਦੀਪ ਤੇ ਆ ਬੱਪੂ ਨੂੰ ਆਖਾਂ ਜਫੇ ਦੇ ਜਫਾ ਲਾਈ ਜਾ, ਬੱਲਿਆਂ ਤੇ ਰਾਜ ਕੋਲੋਂ ਤੂੰ ਸਿਫਤ ਕਰਾਈ ਜਾ, ਬੱਲਿਆਂ ਵਾਲੇ ਰਾਜ ਕੋਲੋਂ ਤੂੰ ਸਿਫਤ ਕਰਾਈ ਜਾ। ਆਓ ਸਾਹਮਣੇ ਕਬੱਡੀ ਦੇ ਗਰਾਊਂਡ 'ਚ ਇਹ ਆ ਜੋਲੀ ਬਲਪੁਰੀਆਂ ਦੀ ਧਰਤੀ ਦਾ, ਹੇ ਬਾਬੇ ਮੱਘੇ ਦਾ ਭਤੀਜਾ ਮੇਰੇ ਵੀਰੋ ਕਬੱਡੀ ਦੇ ਗਰਾਊਂਡ 'ਚ। ਕਿ ਉੱਠਦੀ ਬਹਿੰਦੀ ਜੀ ਜੀ ਕਹਿੰਦੀ ਤੈਨੂੰ ਤੇਰੀ ਹੂਰ, ਨਾ ਮਾਰ ਜਾਲਮਾ ਵੇ ਪੇਕੇ ਤੱਤੜੀ ਦੇ ਦੂਰ, ਨਾ ਮਾਰ ਜਾਲਮਾ ਵੀਰ। ਇੱਕ ਮਿੰਟ ਛੋਟੇ ਬਿੱਟੂ ਮੇਰਾ ਵੀਰ, ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ। ਅਨਮੋਲ ਦੀਪ ਦਕੋਹਾ ਜੀ, ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ, ਬਹੁਤ ਬਹੁਤ ਧੰਨਵਾਦ ਹੈ ਪ੍ਰਬੰਧਕੀ ਕਮੇਟੀ ਦਾ, ਜਿਨ੍ਹਾਂ ਨੇ ਮੇਰੇ ਐੱਨ ਆਰ ਆਈ ਵੀਰਾਂ ਦਾ ਵੱਡਾ ਧੰਨਵਾਦ ਹੈ। ਦੋ ਮੋਟਰਸਾਈਕਲ ਅਤੇ ਚਾਰ ਕੜੇ ਅਤੇ ਦੋ ਜਿਹੜੇ ਕੜੇ ਕੋਚਾਂ ਨੂੰ ਪਾਏ ਗਏ ਆ, ਛੇ ਕੜੇ ਜਿਹੜੇ ਵਿਸ਼ੇਸ਼ ਸਨਮਾਨ ਹੋਇਆ। ਮੈਂ ਪਹਿਲੀ ਵਾਰ ਦੇਖਿਆ ਕਿ ਪ੍ਰਬੰਧਕੀ ਕਮੇਟੀ ਦੇ ਐਡੇ ਵੱਡੇ ਕੰਮ, 16 ਟੀਮਾਂ ਅਤੇ 4-20 ਟੀਮਾਂ ਸੱਦ ਕੇ ਅਨਮੋਲ ਦੀਪ ਮੇਰਾ ਵੀਰ ਦਕੋਹੇ ਵਾਲਾ, ਉਹਦਾ ਸਨਮਾਨ ਕੀਤਾ ਜਾ ਰਿਹਾ, ਧੰਨਵਾਦ ਹੈ। ਸੋਨਿਆਲ ਸਤਿ ਸ੍ਰੀ ਅਕਾਲ, ਮਾਈਕ ਓਵਰ ਟੂ ਗਰਾਊਂਡ। ਵਾਓ ਵਾਹ ਵਾਹ ਓਏ ਉਲਫਤ। ਹਾਂਜੀ, ਸਾਡੇ ਸੋਨੂੰ ਖੇੜਾ ਜੀ ਖੇਡ ਪ੍ਰਮੋਟਰ, ਬਿੱਲੇ ਦੀਆਂ ਮੇਰੇ ਵੀਰੇ ਉਹ 3 ਕਬੱਡੀਆਂ 600 ਦੀਆਂ। ਸੋਨੂੰ ਖੇੜਾ ਜੀ ਸਾਡੇ ਖੇਡ ਪ੍ਰਮੋਟਰ ਹੈ, ਇਸ ਏਰੀਏ ਦੇ ਮਹਾਨ ਪ੍ਰਮੋਟਰ ਹੈ ਮੇਰੇ ਵੀਰੇ, ਵੱਡਾ ਨਾਮ ਹੈ ਖੇਡ ਪ੍ਰਮੋਟਰਾਂ ਦੀ ਦੁਨੀਆ ਦੇ ਵਿੱਚ। ਲਓ ਭੁੱਲਰ ਦੀ ਕਬੱਡੀ ਹੈ, ਵੱਡਾ ਜੋਧਿਆ ਸਪੀਕਰਾਂ 'ਚ ਨਾ ਬੋਲਦਾ, ਇੱਕ ਪਿੰਡ ਨਹੀਂ ਉਹ ਥਾਂ ਥਾਂ ਬੋਲਦਾ, ਉਹ ਕਿਹਦਾ ਪੁੱਤ ਕਿਹਦਾ ਪੋਤਾ, ਚੰਡਿਆਈ ਕਿਹੜੇ ਕੋਚ ਮਹਾਨ ਦਾ, ਕਿ ਪੁੱਤ ਜਿੰਨਾ 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 ਮਾਵਾਂ ਨੇ ਕਬੱਡੀ ਖੇਡਦੇ, ਨਾ ਉੱਚਾ ਹੋ ਜੇ ਸਾਰੇ ਖਾਨਦਾਨ ਦਾ, ਨਾ ਉੱਚਾ ਹੋ ਜੇ ਸਾਰੇ ਖਾਨਦਾਨ ਦਾ। ਲਓ ਪ੍ਰੇਮ ਸੋਲ ਆਰਤੀਆ, ਸਰਵਣ ਸੋਲ, ਭਾਗਾ ਸੋਲ, ਰਿੰਟੂ ਸੋਲ ਕਹਿੰਦੇ ਵੱਡਾ ਮਾਣ ਕਰਦੇ ਆ ਆਹ ਮੁੰਡੇ ਦੀ ਖੇਡ ਤੇ, 16 ਦਾ ਕਰਲਾਲ ਤੇ ਆ ਕਹਿੰਦੇ ਹਰਿੰਦਰ ਸੋਲ ਕਬੱਡੀ ਪਾਉਣ ਵਾਸਤੇ ਵਧਿਆ, 2 ਨੰਬਰ ਤੋਂ ਮੁੰਡੇ ਨੇ ਟਰਾਈ ਕੀਤੀ ਹੈ, ਤੇ ਜਿਹੜਾ ਪੁਆਇੰਟ ਹੈ ਪੁਆਇੰਟ ਕਹਿੰਦੇ ਧਾਵੀ ਦੇ ਸੇ ਜੁੜਦਾ ਹੈ। ਬਿੱਲੇ ਦੀਆਂ 3 ਕਬੱਡੀਆਂ ਸੋਨੂੰ ਖੇੜਾ ਜੀ ਖੇਡ ਪ੍ਰਮੋਟਰ, ਉੱਥੇ ਸੁੱਗਾ ਭਰਾਵਾਂ ਦੇ ਲਈ 200 ਦੇ ਵੱਡੇ ਮਾਨ ਤੇ ਸਨਮਾਨ ਪੁੱਜਦਾ ਕਰਦੇ ਹੈ, ਵੱਡਾ ਧੰਨਵਾਦ ਹੈ ਸੋਨੂੰ ਜੀ। ਸਾਡੇ ਬਿੱਲੇ ਦੀਆਂ 3 ਕਬੱਡੀਆਂ ਮੇਰੇ ਵੀਰੋ 600 ਦੀਆਂ ਪੈਣਗੀਆਂ। ਆਓ ਦੁੱਲਿਆ ਪਾ ਕਬੱਡੀ ਨੌਜਵਾਨਾਂ,
दुला बची मंडिया मेरे वीरियो खेड मैदान आप तकांगे कटनी होवे दुश्मनी किसे दे मोटे दे रख चलाइए ना कहंदे कटनी होवे दुश्मनी किसे दे मोटे दे रख चलाइए ना सच सियाने कहंदे गुस्सा अगरां नूं खा जांदा ओ जिहड़ा बाबा बकाला साहब दी धरती ते खेड गया ओ सारी दुनिया ते छा जांदा जिहड़ा बाबे बकाले साहब दी धरती ते खेड गया ओ सारी दुनिया विच छा जांदा आओ सामने कबड्डी दे ग्राउंड विच जिन्ने भी कबड्डी दे महान बरारे पुज्जे आ सब दा धन्नवाद है शिव मेरा वीर नाल राणा सिंहपुरी है मनदीप पल्ले अर्गियां दा सारिआं दा धन्नवाद है जवराज मेरा वीर आओ सामने कबड्डी दे ग्राउंड च है नहीं और रीसा साबी ते उल्फत ना टक्कर कबड्डी दे ग्राउंड विच है ये है उल्फत मेरे वीरियो उल्फत ओ जाफी है जिहड़ा किसे वेले भी कहिंदे दरियावां नूं ठल पाउण वाली गल करदा भेजा कहिंदे भले पिंड वाला आ गया खेड मैदान दे विच आओ भेजिया पा कबड्डी नौजवान आपां तकांगे कबड्डी दे ग्राउंड च आओ सामने चार जाफियां उत्ते पैंदी कबड्डी है चारों जाफी बड़े चोटी दे है टक्कर हुण किहदे नाल होणी है आपां तकांगे कि साइड ते शमशेर है मेरे वीरियो आओ सामने उड़दी हुई मां मिट्टी की धूड़ है बिके नूं हड़ना बड़ा मुश्किल है मेरे वीरियो बड़े चोटी दे तावे बोलदे जिहड़े पाणियां च लाउंदे लोकी तारियां ओह पाणी असां पीते होए है सिर कटवे रिकॉर्ड पैदा कीते होए है सिर कटवे रिकॉर्ड पैदा कीते होए है हाँ जी साडे प्रधान साहब कहिंदे लाइटां आलिया लाइटां प्रॉपर ला दो ही लाइटां लाइयां असीं पैसे नहीं देने बाद विच लाइटां पूरियां ला मेरे वीर आओ सामने जोली बलपुरियां दी धरती दा कबड्डी दे ग्राउंड विच कबड्डी पाण दी लई वाधा बाबे मग्गे दा भतीजा आओ सामने लम्मी भाज कबड्डी दे ग्राउंड चो मेरे वीरियो कि पै गया धावी दा जाफी नाल पेचा उड गया विच समान दे रेता घटा चढ़ी विच समाना दे के वांग चरखड़ियां घुमदे वेखो जोर जवाना दे वांग चरखड़ियां घुमदे वेखो जोर जवाना दे लाओ सामने गबरू हलका झुकया है झुकया मोर बनया होया है झुकया इस करके नहीं कि डरया है झुकया तो इस करके कोई लत्ती ना पै जे कोई पट्टी ना पै जे लाओ वाह नौजवाना इत्थे रख बल्ले 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 वाह नहीं ओ रीसा नौजवाना उठती बहंदी जी जी कहंदी तैनू तेरी हूर ना मार जालमा वे पेके तत्तड़ी दे दूर ना मार जालमा वे पेके तत्तड़ी दे दूर आओ सामने बिल्ला आ गया कबड्डी दे ग्राउंड विच तीन कबड्डियां लवी नौजवाना शिव 600 रुपये दियां नौजवाना तीन कबड्डियां बिल्ले दियां मेरे वीरियो खेड मैदान विच सोनू खेड़ा साडा वीर खेड प्रमोटर आओ सामने बल्ले बल्ले हो गई है आओ सामने कुल्ला कबड्डी दे ग्राउंड विच ऐन कबड्डी दा कहिंदे मचदा गया रहा मेरे वीरियो कुल्ला नाले 600 ते नाले पॉइंट नाले मुंडे ने उंगल खड़ी कीती है नाले पॉइंट लिया के बल्लिए बणांगे झांजर तेरी नाल नाल तेरे तुरना जां मैं तेरा ने कोका बनना जां खियां दा सुरमा नहीं ते बन जांगे पक्के गानी तेरी दे मणके हुण तैनूं टक्करांगे सजरे सरीक तेरे बणके हुण तैनूं टक्करांगे सजरे सरीक तेरे बणके लाओ भुल्लर असमें खेड मैदान च कबड्डी पा रहा उधर चढ़ी हुई बगल ते मन्नू मछन्ना वाला इत्थे रखो नौजवाना संभल 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 इत्थे रख वाह साडे बल डेयरी वाले जी जिथे भी मेरी आवाज़ नूं सुणदे आ उस स्टेज ते पुज्जन बल डेयरी वाले जी ते नाल बब्बू न्यूजीलैंड जी उन्हां दे फादर साहब मेन स्टेज ते आ जाण ओह साडे वीर उन्हां नूं याद करदे आ बब्बू न्यूजीलैंड जी उन्हां दे फादर साहब आओ सामने खेड मैदान दे विच आ गया हरिंदर 16 वाला मेरे वीरियो ਲੈਟਾਂ ਵਾਲਾ ਮੇਰਾ ਵੀਰ ਲੈਟਾਂ ਪ੍ਰੋਪਰ ਲਾ ਦੇਵੇ ਤੇ ਇਧਰਲੇ ਪਾਸੇ ਟੱਕਰ ਕਿਹਦੇ ਨਾਲ ਆ ਰਾਣਾ ਲਾਹੌਰੀ ਮੱਲੀ ਆ ਖੇਡ ਮੈਦਾਨ ਦੇ ਵਿੱਚ ਐਨ ਕੈਂਚੀ ਲੱਗੀ ਹੋਈ ਹੈ ਨਹੀਂ ਉਹ ਰੀਸਾ ਨੌਜਵਾਨਾਂ ਕਿ ਕੈਂਚੀ ਹੁੰਦੀ ਆ ਕਬੱਡੀ ਦਾ ਸਿਖਰ ਦਾ ਦਾਅ ਲੋਕੋ ਨਾਲ ਤਕਨੀਕ ਦੇ ਜਾਂਦੀ ਲਾਈ ਕੈਂਚੀ ਛੁੱਟਣਾ ਰੇਡਰ ਲਈ ਔਖਾ ਹੋ ਜਾਂਦਾ ਜਦੋਂ ਜਾਫੀ ਨੇ ਹੋਵੇ ਪਾਈ ਕੈਂਚੀ ਛੁੱਟਣਾ ਰੇਡਰ ਲਈ ਔਖਾ ਹੋ ਜਾਂਦਾ ਜਦੋਂ ਜਾਫੀ ਨੇ ਹੋਵੇ ਪਾਈ ਕੈਂਚੀ ਲਓ ਅਛਰ ਸਿੰਘ ਸੋਲ ਦਾ ਪੋਤਰਾ ਕਹਿੰਦੇ
तुला पच्ची वंडिया, एक कहते हरदविंदर सिंह तुला सुरखपुरिया, एक तुला आ एक तुला पगे पिंडिया, लाओ सामने साओ वाह चाना गुजरपुरिया दे तुला वाह दुलिया। साडे सरदार दलबीर सिंह जी पुजे, आपां धन्नवाद करदे आ सरदार दलबीर सिंह जी, विशेष तौर पर पुजे आ, वड्डा धन्नवाद है। मेरा जोर लगा ताड़ी नहीं मारी, ताड़ी मार नाल सुस्ती है दूर हुंदी, हुंदी खिडारी दे रूह दी खुराक ताड़ी। मैं तुहानू दसन लगा ताड़ी नाल साडा किड्डा गूढ़ा संबंध है, हुंदी खिडारी दे रूह दी खुराक ताड़ी। कलाकार दी जद लगी स्टेज हुंदी, कलाकार खुद मरवांदा आख ताड़ी, ताड़ी मार नाल जादू करदा इल्म चलदा, बजी खुसरे दी करे कमाल ताड़ी। बाजां वाले ने कहा सिखा दा गुरु चलिया जे, चमकौर गढ़ी चो निकले खुद मार ताड़ी, ताड़ी साहब गुरद्वारा ली छान बनया, कलकी वाले दा बन गई इतिहास ताड़ी, बिट्टू मूसिया वालिया ताड़ी वजदी सदा खुशी वेले। कलकी तर पिता ने मुसीबत विच भी दित्ती मार ताड़ी, कलकिया वाले ने मुसीबत च ताड़ी मारी सी, खुशी का माहौल है, ताड़ी वड्डी सारी मार दो मेरे वीरियो, वड्डी सारी ताड़ी मार दो। धन्नवाद है कि वजियां ताड़ियां तो पता लगता है ना लोगों के मन लगिया दा, इत्थे दुनिया पूजदी योध्यां नूं कोई ना नहीं लैंदा भज्जियां दा, इत्थे दुनिया पूजदी योध्यां नूं कोई ना नहीं लैंदा भज्जियां दा। आओ सामने कबड्डी दे ग्राउंड च आओ नौजवाना पा कबड्डी, लै वी शालू नौजवाना जां कह दे मन्नू मशन्ना वाले नूं, पर एक साइड ते नौजवान हल्का जिहा टच कर गया। भारत मां ना है उस पिंजरे का जो गढ़ है अणखी शेरां दा, जिथे गुरु गोबिंद जी जन्म लिया मुल पैंदा तेरा तेरा दा, जिथे गुरु गोबिंद जी जन्म लिया मुल पैंदा तेरा तेरा दा। लाओ साभी आ गया मेरे वीर खेड़ मैदान च कबड्डी पाउण वास्ते, साभी पाता आया है, लाओ चार खड़े है, चार खड़े है, जाफी चार खड़े है, पॉइंट कहंदे धावी दे से जुड़दा आया पॉइंट ट्रेडर दा। आओ सामने कबड्डी दे ग्राउंड च राणे लाहौरी वाली आ नौजवाना बाबू न्यूजीलैंड के फादर साहब का इतने पहुँचने धन्यवाद है, तो मेरा वीर मूल न्यूजीलैंड उन्होंने धन्यवाद है, दो जड़े विशेष सन्मान किए जाने हैं, आप बहुत बड़ा धन्यवाद करते हैं पूरी प्रबंधकी कमेटी का। लाओ सामने खेड़ मैदान जो फिर पई हुई गभरू की कबड्डी, तकते हैं कभी शालू लाओ एक नंबर तो गभरू ने की ट्राई बल्ले 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 भज जा मोर नहीं है तेरे मगर बंदूकों वाले, भज जा मोर नहीं है तेरे मगर बंदूकों वाले। वाह 15-17 हो गए मेरे वीरियो कबड्डी के ग्राउंड च 15-17 के नाल साडे सरदार हरभजन सिंह जी न्यूजीलैंड उन्हों का सन्मान मेरा ख्याल होगा, सरदार हरभजन सिंह जी न्यूजीलैंड उन्हों का धन्यवाद है। विशेष तौर पर पुजे मेरे वीर NIR वीर का वड्डा धन्नवाद, दलबाग USA साहब ढिल्लों USA गुरसेव ढिल्लो ततले लाइव कबड्डी का आनंद माणते हुए। आओ सामने कबड्डी के ग्राउंड च इधरले पासे राणा राणा लाहौरी मल्लिया मेरे वीरियो एन वंज बरोबर कटन वाली करता गल, हे राणिया राणिया वाह राणा लाहौरी मल दी धरती है। आ मोटरसाइकिल दे लागे जिहड़ा बच्चा बिठाया कि कृपा करके जवानी मुछ फुट गभरू ला ला के जफे लेंदा मेला लुट गभरू, ला ला के जफे मेला लेंदा लुट गभरू, के दा मारे भलवानी रेडर दूरे कर देंदा है, पल दे विच ही घटदे नंबर पूरे कर देंदा, पल दे विच ही घटदे नंबर पूरे कर देंदा है। अगली रेड किस खिडारी ने पाउणी आ, जूली आ गया खेड मैदान विच कौडी पाउण दे लई, आओ जूली पा कबड्डी। ये मुंडा कहंदे मरूती कार वांगू कट्टा मारदा है, कि मरूती वर्गी कार नहीं तो 911 वर्गा ट्रैक्टर, चमकीले वर्गी जोड़ी नहीं तो धर्मेंद्र वर्गा एक्टर, चमकीले वर्गी जोड़ी नहीं तो धर्मेंद्र वर्गा एक्टर। आओ सामने मरूती कार वांगू मारदा होया कट्टा, चार जाफी बिल्कुल तैयार पर तैयार है कि मरूती कार वांगू कट्टाओ मेरे वीरियो खेड मैदान दे विच, धावी रे से जुड़दा आया है। आओ चालो कबरगा पाक बड्डी, के जड़ा अख मार के ढह जी वह भलवान नहीं हुंदा,
जड़ा अख मार के टैजे वह पलवान नहीं हुंदा, जेड़ी हिक दे योर ते खेडी उन्नू पलवानी कहंदे आ, वो जिन्नू लोकी खड़ 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 वेखण ਉਹਨੂੰ ਜਵਾਨੀ ਕਹਿੰਦੇ ਆ, ਜਿਹਨੂੰ ਲੋਕੀ ਖੜ ਖੜ ਵੇਖਣ ਉਹਨੂੰ ਜਵਾਨੀ ਕਹਿੰਦੇ ਆ। ਉਹ ਸ਼ਾਲੂ ਪੁਆਇੰਟ ਧਾਵੀ ਦਾ, ਹਾਂਜੀ ਪਾਣੀ ਕਬੱਡੀ ਦੇ ਗਰਾਊਂਡ ਵਿੱਚ ਪੁੱਜਦਾ ਕਰ ਦਿਓ। ਉਹ 18 ਤੇ ਸਾਡੇ 18 ਇਕਰਾ ਤਾੜੀ ਦਰੀ ਮਾਰ ਦੋ ਮੇਰੇ ਵੀਰ, ਉਹ ਕਿੰਨਾ ਕੁ ਸਵਾਦ ਆਉਂਦਾ ਉੱਪਰ ਵਾਲਿਓ ਕੋਠੇ ਵਾਲਿਓ, ਰੌਲਾ ਰੂਲਾ ਜਿਹਾ ਪਾ ਦਿਓ। ਵਾਹ ਨਹੀਂ ਉਹ ਰੀਸਾਂ ਬੱਲੇ ਬੱਲੇ ਹੋਈ ਕਬੱਡੀ ਦੇ ਗਰਾਊਂਡ ਵਿੱਚ, ਨਹੀਂ ਉਹ ਰੀਸਾਂ ਲੈ ਵੀ ਬਿੱਲਿਆ। ਇਹ ਮਾਇਆ ਮੈਨੂੰ ਲੱਗਦੀ ਵੀ ਇਸੇ ਤਰ੍ਹਾਂ ਚਲੇ ਜਾਣੀ ਹੈ ਜਿਸ ਤਰ੍ਹਾਂ ਮੇਰੇ ਕੋਲ ਆਈ ਹੈ, ਕਿਉਂਕਿ ਕਬੱਡੀਆਂ ਦੀ ਮਾਇਆ ਲੱਗੀ ਹੈ ਨੌਜਵਾਨਾਂ। ਹਾਂਜੀ ਇੱਕ ਲਾਸਟ 'ਤੇ ਪਾ ਦੇਵੇ, ਫਿਰ ਦੇ ਦੇਵਾਂਗੇ ਮਾਇਆ। ਲਓ ਚਾਲੋ ਭੁੱਲਰ ਆ ਗਿਆ ਕਬੱਡੀ ਦੇ ਖੇਡ ਮੈਦਾਨ ਅੰਦਰ, ਕਬੱਡੀ ਪਾਉਣ ਵਾਸਤੇ ਵਧਿਆ ਆਇਆ ਸਾਡੇ ਬਾਬਾ ਦਇਆ ਸਿੰਘ ਜੀ, ਇਸ ਇਲਾਕੇ ਦੀ ਬੜੀ ਪਿਆਰ ਤੇ ਸਤਿਕਾਰਯੋਗ ਸ਼ਖਸੀਅਤ ਹੈ। ਪੁਆਇੰਟ ਧਾਵੀ ਦਾ 19 ਤੇ ਸਾਢੇ 19, ਵਾਹ ਉਹ ਵਾਹ ਕਬੱਡੀ, ਉਹ ਜਿੱਤ ਹਾਲੀ ਕਬੱਡੀ, ਜਿੱਤ ਹਾਲੀ ਬੱਲ ਬੁਰੀਆਂ ਨਾ ਜੇ ਮੁੜਦਾ ਤੇ 600 ਰੁਪਈਆ ਸੋਨੂੰ ਖੈੜਾ ਜੀ ਕਹਿੰਦੇ ਆ, ਨਹੀਂ ਤੇ ਜਾਫੀ ਨੂੰ ਜੇ ਜਫਾ ਲੱਗ ਗਿਆ। ਤੇ ਲਾਸਟ ਕਬੱਡੀ 600 ਦੀ ਹੈ ਤੇ ਮੈਚ ਵੀ ਇਸੇ ਕਬੱਡੀ ਤੇ ਅੜਿਆ ਪਿਆ। ਆਓ ਸਾਹਮਣੇ ਹੈਪੀ 600 600 600, ਬੱਲੇ ਬੱਲੇ ਬੱਲੇ, ਵਾਹ ਵਾਹ ਸਾਡੇ ਸੋਨੂੰ ਖੈੜਾ ਜੀ।